जॉन डीयर 5204 आ गया दोस्तों, 12 मॉडल है ते डिमांड रखी है 4,27,000। टायर बिल्कुल नवे हैं जी। अगे महिंद्रा अर्जन नूबो 605 DI आ गया भाई जी, 18 दा मार्के ने ते 19 दी कापी आ। डिमांड की जे गल करिए 5,95,000 रुपया डिमांड है। ਜਿਉਂਡੀਅਰ ਆ ਗਿਆ ਜੀ 50-50 D 2014 ਮਾਡਲ ਆ ਬਈ। ਹਾਂਜੀ ਤੇ ਡਿਮਾਂਡ ਕਿੰਨੀ ਕਰਦੇ ਜੀ? 4,45,000 ਰੁਪਿਆ ਬਈ। ਤੁਹਾਡੀ ਵੀਡੀਓ ਕੇ ਸ਼ੇਅਰ ਕਰਕੇ ਆਊਗਾ ਤਾਂ ਪਰ ਮਾਂ ਤਾਂ ਕਰਨਾ ਠੀਕ ਹੈ, ਕਰੋਗੇ ਲਾਜ਼ਮੀ? ਹਾਂਜੀ ਲਾਜ਼ਮੀ ਕਰਾਂਗੇ। ਟ੍ਰੈਕਟਰ ਬਈ ਜੇ ਕਿਸੇ ਨੇ ਵਿੱਚ ਕਟਾਉਣਾ ਹੋਵੇ ਬਈ ਉਹ ਵੀ ਕੱਟ ਲਾਂਗੇ ਆਪਾਂ। ਨੰਬਰ ਬਈ ਆਪਣਾ 8699 ਹਾਂਜੀ 400 ਪੂਰਾ ਹਾਂਜੀ 175 ਠੀਕ ਹੈ ਜੀ। ਹਾਂਜੀ ਬਾਈ ਜੀ ਤਲਵੰਡੀ ਸਾਹਿਬ ਬੋ ਟ੍ਰੈਕਟਰ ਮੰਡੀ ਤੇ ਖੜੇ ਆ ਤੇ ਆਪਾਂ ਤੁਹਾਨੂੰ ਟ੍ਰੈਕਟਰਾਂ ਦੀਆਂ ਕੰਡੀਸ਼ਨਾਂ ਦਿਖਾਵਾਂਗੇ ਤੇ ਮਾਲਕ ਵੀਰਾਂ ਨੰਬਰ ਵੀ ਜ਼ਰੂਰ ਦੇਵਾਂਗੇ। ਹਾਂਜੀ ਬਾਈ ਜੀ ਜੌਂਡੀਅਰ 5204 ਆ ਗਿਆ ਤੇ 12 ਮਾਡਲ ਆ ਬਾਈ ਜੀ ਇਹ, ਤੇ ਟਾਇਰ ਦੇਖ ਸਕਦਾ ਤੁਸੀਂ ਬਿਲਕੁਲ ਨਵੇਂ ਆ ਬਾਈ ਜੀ, JK ਸੋਨਾ ਦੇ ਬਿਲਕੁਲ ਨਵੇਂ ਟਾਇਰ ਆ। ਤੇ ਡਿਮਾਂਡ ਦੀ ਜੇ ਗੱਲ ਕਰੀਏ ਬਾਈ ਜੀ 4,27,000 ਰੁਪਿਆ ਡਿਮਾਂਡ ਆ ਟਰੈਕਟਰ ਦੀ, ਮੌਕੇ 'ਤੇ ਮਾਣ ਤਾਣ ਜਿਹੜਾ ਹੋਜੂਗਾ। ਬੈਕ ਸਾਈਡ ਵੇਟ ਲੱਗਿਆ ਹੋਇਆ ਬਾਈ ਜੀ, ਅਤੇ ਫਰੰਟ ਵਾਲੇ ਟਾਇਰਾਂ ਦੀ ਜੇ ਗੱਲ ਕਰੀਏ ਤਾਂ 85-90 ਪੈਸੇ ਕੰਡੀਸ਼ਨ ਆਈ ਹੈ ਬਾਈ ਜੀ ਫਰੰਟ ਵਾਲੇ ਟਾਇਰਾਂ ਦੀ। ਅਤੇ 12 ਮਾਡਲ ਆ ਗਿਆ ਬਾਈ ਜੀ, ਡਿਮਾਂਡ ਦੀ ਜੇ ਗੱਲ ਕਰੀਏ ਤਾਂ 4,27,000 ਰੁਪਇਆ ਡਿਮਾਂਡ ਆ। ਅੱਗੇ ਮਹਿੰਦਰਾ ਅਰਜਨ ਨੂਵੋ 605 DI ਆ ਗਿਆ ਬਾਈ ਜੀ, ਡਿਜੀ ਸੈਂਸ ਵਾਲਾ ਖੁੱਲ੍ਹੇ ਪਲੇਟਫਾਰਮ 'ਚ ਆ ਗਿਆ ਬਾਈ ਜੀ। ਦੇਖ ਸਕਦੇ ਹੋ ਤੁਸੀਂ ਕੰਡੀਸ਼ਨ ਟਰੈਕਟਰ ਦੀ, ਐਂ ਕੋਕਾ ਪੀਸ ਲਿਸ਼ਕਾਂ ਮਾਰਦਾ। 18 ਦੇ ਮਾਰਕੇ ਆਏ ਗਏ ਬਾਈ ਜੀ, 19 ਦੀ ਕਾਪੀ ਆ, 2018 ਦੇ ਮਾਰਕੇ ਆ, 2019 ਦੀ ਕਾਪੀ ਆ। ਅਤੇ ਟਾਇਰਾਂ ਦੀ ਜੇ ਗੱਲ ਕਰੀਏ 95 ਪੈਸੇ MRF ਦੇ ਫਰੰਟ ਵਾਲੇ ਟਾਇਰਾਂ ਦੀ ਕੰਡੀਸ਼ਨ ਆਈ ਹੈ, ਅਤੇ ਬੈਕ ਵਾਲੇ ਟਾਇਰ ਵੀ ਦੇਖ ਸਕਦੇ ਹੋ ਤੁਸੀਂ ਬਿਲਕੁਲ ਨਵੇਂ ਟਾਇਰ ਆ ਬਾਈ ਜੀ, 95 ਪੈਸੇ ਹੀ ਬੈਕ ਵਾਲੇ ਟਾਇਰਾਂ ਦੀ ਕੰਡੀਸ਼ਨ ਆ। ਡਿਮਾਂਡ ਦੀ ਜੇ ਗੱਲ ਕੀਤੀ ਜਾਵੇ ਤਾਂ 5,95,000 ਰੁਪਇਆ ਡਿਮਾਂਡ ਆ ਬਾਈ ਜੀ। ਨੰਬਰ ਪੰਜਾਬ ਆ ਗਿਆ ਬਾਈ ਜੀ, ਅਤੇ ਡਿਜੀ ਸੈਂਸ ਵਾਲਾ ਅਰਜਨ ਨੂਵੋ ਆ ਗਿਆ ਡੀਲਕਸ ਮਾਡਲ 'ਚ। ਦੇਖ ਸਕਦੇ ਹੋ ਤੁਸੀਂ ਐਂ ਕੋਕਾ ਪੀਸ ਕੰਡੀਸ਼ਨ ਆਈ ਹੈ ਟਰੈਕਟਰ ਦੀ ਬਾਈ ਜੀ। ਡੀਜੀ ਸੈਂਸ 'ਚ ਡੀਲਕਸ ਮਾਡਲ ਆ ਗਿਆ ਬਾਈ ਜੀ। ਅੱਗੇ ਆ ਗਿਆ ਸਵਰਾਜ 855 2-star, 2003 ਮਾਡਲ ਆ ਗਿਆ ਬਾਈ ਜੀ, 2,85,000 ਰੁਪਇਆ ਡਿਮਾਂਡ ਰੱਖੀ ਹੋਈ ਹੈ ਇਸ ਟਰੈਕਟਰ ਦੀ। ਬਾਕੀ ਮੌਕੇ 'ਤੇ ਬਾਈ ਜੀ ਹੋਰ ਵੀ ਮਾਣ ਤਾਣ ਹੋ ਜੂਗਾ। ਅਤੇ ਜੇ ਟਾਇਰਾਂ ਦੀ ਗੱਲ ਕਰੀਏ ਬਾਈ ਜੀ, ਟਾਇਰ ਦੇਖ ਸਕਦੇ ਹੋ ਤੁਸੀਂ 28 ਦੇ ਟਾਇਰ ਆ ਬਾਈ, ਮੂਹਰਲੇ ਵੀ ਵੱਡੇ ਪਾਏ ਆ ਬਾਈ, ਮੂਹਰਲੇ MRF ਦੇ। ਕੀ ਕੰਡੀਸ਼ਨ ਆ ਫਰੰਟ ਵਾਲੇ ਟਾਇਰਾਂ ਦੀ, ਕਿੰਨੇ ਪੈਸੇ? ਟਾਇਰ ਬਾਈ 75-80 ਪੈਸੇ ਟਾਇਰ ਆ। ਹਾਂਜੀ, ਅਤੇ ਬਾਈਕ ਵਾਲੇ ਪੋਲੋ ਦੇ ਆ ਗਏ ਬਾਈ ਜੀ, ਬਾਈਕ ਵਾਲੇ ਟਾਇਰ ਹੈਗੇ 14-9-28 ਦੇ, ਅਤੇ ਸਾਊਂਡ ਸਿਸਟਮ ਨਾਲ ਦਿਓਗੇ ਬਾਈ ਜੀ? ਅਤੇ ਇਹ ਨੰਬਰ ਪੰਜਾਬ ਆ ਹਰਿਆਣਾ ਜੀ? ਪੰਜਾਬ ਨੰਬਰ ਆ। ਡਿਮਾਂਡ ਕਿੰਨੀ ਕਰਦੇ ਜੀ? 2,88,000 ਰੁਪਇਆ ਡਿਮਾਂਡ ਆ ਦੋਸਤੋ। ਅਤੇ ਮਾਡਲ ਕਿੰਨਾ ਜੀ ਇਹ? 3 ਮਾਡਲ ਆ, 6-3 ਆ ਗਿਆ ਬਾਈ ਜੀ। ਅਤੇ ਅੱਗੇ ਬਾਈ ਜੀ, ਅੱਗੇ ਜਿਉਂਡੀਅਰ ਆ ਗਿਆ ਜੀ 50-50 D 2014 ਮਾਡਲ ਆ ਬਈ। ਹਾਂਜੀ ਫਾਸਟ ਓਨਰ ਹੈ, ਠੀਕ ਹੈ ਜੀ, ਡਬਲ ਡਿਸਟ੍ਰੀਬਿਊਟਰ ਲੱਗਿਆ ਬਈ ਕੰਪਨੀ ਫਿਟਡ ਦਾ, ਠੀਕ ਆ ਬਾਈ ਜੀ, ਇਹਨਾਂ ਦੇ ਆਉਂਦਾ ਨਹੀਂਗਾ। ਹਾਂਜੀ ਸਪੈਸ਼ਲੀ ਆਇਆ ਗਿਆ ਜਾਂਚੀ ਚੋਂ, ਠੀਕ ਹੈ ਜੀ। ਸਾਈਡ ਗੇਅਰ ਆ ਗਿਆ ਬਾਈ ਜੀ, ਤੁਹਾਨੂੰ ਟਰੈਕਟਰ ਦੀ ਕੰਡੀਸ਼ਨ ਦਿਖਾ ਦੀ ਬਾਈ, ਰੀਜਨ ਵਾਲਾ ਕੀ ਤੋਂ ਰੰਗ ਪੇਂਟ ਨਹੀਂਗਾ, ਠੀਕ ਹੈ ਜੀ। ਇਹ ਨੰਬਰ ਇਹ ਪੰਜਾਬ ਬਈ, PB13 ਸੰਗਰੂਰ ਦਾ ਨੰਬਰ ਆ, ਫਾਸਟ ਓਨਰ ਹੈ, 13 ਸੰਗਰੂਰ ਦਾ ਨੰਬਰ ਆ ਬਾਈ, ਪਹਿਲੇ 9 ਆ, 85-90 ਪੈਸੇ ਟਾਇਰ ਆ, 85-90 ਪੈਸੇ ਟਾਇਰਾਂ ਦੀ ਕੰਡੀਸ਼ਨ ਹੈਗੀ ਆ। ਤੇ ਇੰਜਨ ਗੇਅਰ ਦੀ ਫੁੱਲ ਗਾਰੰਟੀ ਆ ਬਾਈ ਜੀ। ਤੇ ਫਰੰਟ ਵਾਲੀ ਸਾਈਡ ਮਡਗਾਟ ਲੱਗੇ ਹੋਏ ਜੀ। ਤੇ ਡਿਮਾਂਡ ਕਿੰਨੀ ਕਰਦੇ ਜੀ? 4,45,000 ਰੁਪਇਆ ਬਾਈ, 4,45,000 ਰੁਪਇਆ ਡਿਮਾਂਡ ਆ। ਤੇ ਡਿਸਟ੍ਰੀਬਿਊਟਰ ਡਬਲ ਲੱਗਾ ਹੋਇਆ ਜੀ। ਤੇ ਮਾਨ ਤਾਣ ਹੋ ਜੂ ਇਹ ਚੋਂ ਵੀ ਬਾਈ? ਇਹ ਚੋਂ ਮਾਨ ਤਾਣ ਕੋਈ ਬਾਹਲਾ ਨਹੀਂ ਹੋਣਾ ਗਾ, ਇਹਦਾ ਜਾਇਜ਼ ਜੇ ਰੇਟ ਲਿਖਿਆ ਆਪਾਂ, ਹੁਣ ਤੁਹਾਡੀ ਵੀਡੀਓ ਕੋਈ ਸ਼ੇਅਰ ਕਰਕੇ ਆਊਗਾ ਤਾਂ ਪਰ ਮਾਨ ਤਾਣ ਕਰਨਾ, ਠੀਕ ਹੈ, ਕਰੋਗੇ ਲਾਜ਼ਮੀ? ਹਾਂਜੀ ਲਾਜ਼ਮੀ ਕਰਾਂਗੇ ਬਾਈ, ਹੁਣ ਇਹ ਚੋਂ ਬਾਹਲਾ ਨਹੀਂ ਹੋਣਾ, ਇਹਦਾ ਪੂਰਾ ਰੇਟ ਜਾਇਜ਼ ਰੇਟ ਰੱਖਿਆ ਹੈ। ਹਾਂਜੀ ਠੀਕ ਹੈ ਜੀ। ਤੇ ਹੋਰ ਬਾਈ ਜੀ, ਹੋਰ ਵੀ ਟਰੈਕਟਰ ਬਾਈ? ਆਪਣੇ ਕੋਲੇ 2020 ਮਾਡਲ 855 ਖੜਾ, 2021 ਮਾਡਲ ਖੜਾ, ਆਉਣ ਵਾਲੇ ਦਿਨਾਂ 'ਚ 1-2 ਟਰੈਕਟਰ ਹੋਰ ਆਉਣੇ ਆ, ਠੀਕ ਹੈ ਜੀ। ਬਾਕੀ ਆਪਣਾ ਫੋਨ ਤੇ ਆਪਣੇ ਸੰਪਰਕ ਕਰ ਸਕਦਾ ਬਾਈ, ਕੋਈ ਵੀ ਟਰੈਕਟਰ ਆਪਣੇ ਕੋਲੇ ਕੋਈ ਨਾ ਕੋਈ ਤਾਂ ਹੁੰਦਾ ਹੀ ਹੈ ਲਾਜ਼ਮੀ, ਠੀਕ ਹੈ। ਤੇ
ਟਰੈਕਟਰ ਬਈ ਜੇ ਕਿਸੇ ਨੇ ਵਿੱਚ ਕਟਾਉਣਾ ਹੋਵੇ ਬਈ ਉਹ ਵੀ ਕੱਟ ਲਾਂਗੇ ਆਪਾਂ ਵਿੱਚ ਵੀ ਕੱਟ ਲਾਂਗੇ ਹਾਂਜੀ ਬਈ ਐ ਨਹੀਂਗਾ ਕੋਈ ਆਪਾਂ ਜੇ ਅਗਲੇ ਦਾ 3 ਲੱਖ ਦਾ ਟਰੈਕਟਰ ਆਪਾਂ ਕਵਾਂਗੇ ਵੀ ਆਪਾਂ 2.5 ਲੱਖ ਦਾ ਤੇ ਜਾਇਜ਼ ਰੇਟ ਤੇ ਕਟਾਂਗੇ ਜਿੰਨੇ ਦਾ ਟਰੈਕਟਰ ਬਈ ਹਾਂਜੀ ਹਾਂਜੀ ਤੇ ਜਾਇਜ਼ ਰੇਟ ਤੇ ਆਪਾਂ ਟਰੈਕਟਰ ਦਿੰਨੇ ਆ ਠੀਕ ਆ ਬਈ ਹਾਂਜੀ ਇਹ ਨੰਬਰ ਬਈ ਜੀ ਦੁਬਾਰੇ ਦੱਸ ਦਿਓ ਨੰਬਰ ਬਈ ਆਪਣਾ 8699 ਹਾਂਜੀ 400 ਪੂਰਾ ਹਾਂਜੀ 175 ਠੀਕ ਆ ਜੀ ਤੇ ਪਿੰਡ ਜੀ ਪਿੰਡ ਗਿੱਦੜਵਾ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਠੀਕ ਆ ਬਈ ਜੀ ठीक है जी ठीक है ओके हाँ जी दोस्तों किमें लगी तुहानू अपनी अज की वीडियो लाइक कमेंट शेयर करके जरूर दस दौ ये होर नवी नवी घेंट वीडियो देखने अपने चैनल में कर लो सबसक्राइब तो बैल आइकन कर दो प्रेस